नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को। ਅੱਜ ਸ਼੍ਰੋਮਣੀ ਅਕਾਲੀ ਦਲ ਵਾਸਤੇ ਔਰ ਪਰਸਨਲੀ ਦਾਸ ਵਾਸਤੇ, ਮੇਰੇ ਪਰਿਵਾਰ ਵਾਸਤੇ, ਮਜੀਠਾ ਪਰਿਵਾਰ ਵਾਸਤੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਮਜੀਠੇ ਦੀ ਸਮੁੱਚੀ ਟੀਮ ਪਰਿਵਾਰ ਵਾਸਤੇ ਇਹ ਬੜਾ ਮਾਣ ਦਾ, ਬੜਾ ਇਤਿਹਾਸਿਕ ਦਿਨ ਹੈ ਕਿ ਸਰਦਾਰ ਸਾਹਿਬ, ਸਰਦਾਰ ਸੁਖਜਿੰਦਰ ਸਾਹਿਬ, ਰਾਜ ਸਿੰਘ ਜੀ ਲਾਲੀ ਸਾਹਿਬ, ਜਿਨ੍ਹਾਂ ਦਾ ਬੜਾ ਲੰਮਾ ਪੋਲੀਟੀਕਲ ਤਜ਼ਰਬਾ ਹੈ ਔਰ ਜਿਨ੍ਹਾਂ ਨੇ ਹਮੇਸ਼ਾ ਹੀ ਫੋਰ ਫਰੰਟ 'ਤੇ, ਹਮੇਸ਼ਾ ਅੱਗੇ ਹੋ ਕੇ ਪੋਲੀਟਿਕਸ 'ਚ ਲੜਾਈ ਲੜੀ ਹੈ, ਪੰਜਾਬ ਦੇ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਗਏ ਆ। ਔਰ ਮੈਂ ਤੁਹਾਨੂੰ ਸ਼ਾਇਦ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦਾ, ਔਰ ਸ਼ਾਇਦ ਕਿਉਂਕਿ ਇਹ ਅੱਜ ਅਸੀਂ ਬਟਾਲੇ ਇਕੱਠੇ ਹੋਏ ਹਾਂ, ਸ਼ਾਇਦ ਬਟਾਲਾ ਪ੍ਰੈਸ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੀ ਕਿ ਲਾਲੀ ਸਾਹਿਬ ਅਤੇ ਮੈਂ, ਅਸੀਂ 25 ਸਾਲ ਇੱਕ ਦੂਜੇ ਨਾਲ ਲੜਾਈ ਲੜਦੇ ਆਏ ਹਾਂ ਮਜੀਠੇ ਹਲਕੇ 'ਚ, ਔਰ ਸਾਡੀ ਲੜਾਈ ਐਡੀ ਖਤਰਨਾਕ ਸੀ ਕਿ ਅਸੀਂ ਇੱਕ ਦੂਜੇ ਨਾਲ ਹੱਥ ਤੱਕ ਨਹੀਂ ਮਿਲਾਉਂਦੇ ਸਨ। ਅੱਜ ਮੈਂ ਪਹਿਲੀ ਵਾਰੀ ਆ ਭਾਅ ਜੀ ਦਾ ਹੱਥ ਮਿਲਾਇਆ ਔਰ ਹਾਲਾਤ ਮਤਲਬ ਐਡੇ ਸਾਡੇ ਆਪਸ 'ਚ ਤਿੱਖੇ ਸਨ ਕਿ ਨਾ ਅਸੀਂ ਇੱਕ ਦੂਜੇ ਦੇ ਸੁੱਖ 'ਚ ਜਾਈਏ, ਵਿਆਹ ਸ਼ਾਦੀ ਦਾ ਪ੍ਰੋਗਰਾਮ ਨਹੀਂ ਅਟੈਂਡ ਕਰਦੇ ਸਾਂ, ਅਤੇ ਨਾ ਇੱਕ ਦੇ ਕਿਸੇ ਦੇ ਦੁੱਖ 'ਤੇ ਜਾਈਏ। ਮਤਲਬ ਇੰਨਾ ਡਿਫਰੈਂਸ ਆਫ ਓਪੀਨੀਅਨ ਹੋ ਗਿਆ ਸੀ ਅਤੇ ਅਸੀਂ ਕਦੇ ਇੱਕ ਦੂਜੇ ਨਾਲ ਬਹਿ ਕੇ ਦੁਆ ਸਲਾਮ ਵੀ ਨਹੀਂ ਕਰ ਸਕਦੇ ਸਾਂ। ਔਰ ਇਹੀ ਹਾਲ ਥੱਲੇ ਤੱਕ ਸਾਡੇ ਵਰਕਰਾਂ ਨੂੰ, ਇਹੀ ਹਾਲ ਉੱਥੇ ਤੱਕ ਸਭ ਨੂੰ ਭੁਗਤਣਾ ਪੈਂਦਾ ਸੀ ਲੜਾਈ ਲੜਦੇ ਸਾਂ। 2004 ਦੀ ਪਾਰਲੀਮੈਂਟ ਦੀ ਚੋਣ, ਲਾਲੀ ਸਾਹਿਬ ਕਾਂਗਰਸ ਵੱਲ, ਮੈਂ ਸ਼੍ਰੋਮਣੀ ਅਕਾਲੀ ਦਲ ਵੱਲ। 2007 ਦੀ ਚੋਣ, ਅਸੀਂ ਇੱਕ ਦੂਜੇ ਦੇ ਖਿਲਾਫ ਬੜੀ ਸਖਤੀ ਨਾਲ ਲੜੇ, ਇਹ ਹਾਲਾਤ ਬਣ ਗਏ ਕਿ ਪਰਚੇ ਵੀ ਦਰਜ ਹੋਏ। ਔਰ 2009 ਦੀ ਚੋਣ, ਫਿਰ ਇੱਕ ਦੂਜੇ ਦੇ ਖਿਲਾਫ ਪਾਰਲੀਮੈਂਟ ਬਹੁਤ ਠੋਕ ਵਜਾ ਕੇ ਲੜੇ। 2012 ਦੀ ਚੋਣ, ਔਰ ਤੁਸੀਂ ਇਹਨਾਂ ਦੀ ਪੱਕੜ ਵੇਖ ਲਓ ਹਲਕੇ 'ਚ ਕੀ ਸੀ। 2012 'ਚ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਡਿਨਾਈ ਕਰਤੀ, ਔਰ ਜੇ ਇਸ ਇਨਸਾਨ ਨੂੰ ਟਿਕਟ ਦਿੱਤੀ ਉਹਦੀ ਜ਼ਮਾਨਤ ਜ਼ਬਤ ਹੀ ਨਹੀਂ ਹੋਈ।
ਉਹਨੂੰ ਵੋਟ ਹੀ ਮੈਨੂੰ ਲੱਗਦਾ ਮੈਚ 5000 ਪਈ। ਔਰ ਜਦਕਿ ਸਿੱਧੀ ਟੱਕਰ ਭਾਜੀ ਲਾਲੀ ਅਤੇ ਮੇਰੀ ਹੋਈ, ਸ਼ਾਇਦ ਇੰਡੀਪੈਂਡੈਂਟ ਕੈਂਡੀਡੇਟ ਮਜੀਠੇ ਹਲਕੇ ਦੀ ਹਿਸਟਰੀ 'ਚ ਕੀ ਪੰਜਾਬ ਦੀ ਹਿਸਟਰੀ 'ਚ ਸ਼ਾਇਦ ਹੀ ਕੋਈ ਇੰਡੀਪੈਂਡੈਂਟ ਕੈਂਡੀਡੇਟ ਇੰਨਾ ਜਿੰਨੀ ਵੋਟ ਉੱਥੋਂ ਲੈ ਕੇ ਗਿਆ। ਫਿਰ 2014 'ਚ ਫਿਰ ਅਸੀਂ ਆਹਮਣੇ ਸਾਹਮਣੇ ਭਿੜੇ ਪਾਰਲੀਮੈਂਟ 'ਚ, 2017 'ਚ ਭਿੜੇ, 2019 'ਚ ਭਿੜੇ ਔਰ 2022 'ਚ ਭਿੜੇ। ਔਰ ਇਕੱਲਾ ਇਹ ਨਹੀਂ, ਬਲਾਕ ਸੰਮਤੀ ਦੀਆਂ ਜਿੰਨੀਆਂ ਚੋਣਾਂ ਆਈਆਂ ਫਿਰ ਭਿੜੇ। ਸਾਡੇ ਮਿਊਨਿਸਪਲ ਕਮੇਟੀ ਮਜੀਠਾ ਜਿਹਦੇ ਇਹ ਵੀ ਵਸਨੀਕ ਹੈ ਅਤੇ ਮੇਰਾ ਵੀ ਪਿੰਡ ਉਹ ਹੈ, ਤੁਸੀਂ ਉਹ ਵੇਖ ਲਓ ਕਿ ਕਿਵੇਂ ਉੱਥੇ ਭਿੜੇ ਔਰ ਲੋਕਾਂ ਦਾ ਹਾਲਾਤ ਕੀ ਬਣਦੇ ਸਨ। ਇੱਕੋ ਪਿੰਡ ਦੇ ਦੋ ਲੀਡਰ ਜਦੋਂ ਆਹਮਣੇ ਸਾਹਮਣੇ ਖਲੋ ਜਾਂਦੇ ਸਨ ਤਾਂ ਲੋਕਾਂ ਲਈ ਬੜੀ ਮੁਸ਼ਕਿਲ ਆਉਂਦੀ ਸੀ। ਔਰ ਇਹੀ ਮੇਰਾ ਇਹ ਗੱਲ ਤੁਹਾਨੂੰ ਦੱਸਣ ਦਾ ਕਾਰਨ ਇਹ ਹੈ ਕਿ ਜਿਹੜਾ ਇਨਸਾਨ ਏਡੀ ਵੱਡੀ, ਅਸੀਂ ਇੱਕ ਦੂਜੇ ਪਰਿਵਾਰਾਂ ਦੇ ਨਾਲ ਲੜਾਈ ਲੜਦੇ ਸਾਂ, ਅੱਜ ਤੁਸੀਂ ਵੇਖੋ ਮੇਰੇ ਲਈ ਕਿੱਡੀ ਖੁਸ਼ਕਿਸਮਤੀ ਹੈ ਮੇਰੀ। ਮੈਂ ਸਮਝਦਾ ਯੂ ਕੈਨ ਨਾਟ ਈਵਨ ਇਮੈਜਿਨ ਦੈਟ ਸੱਚ ਐਨ ਹਿਸਟੋਰਿਕ ਮੂਮੈਂਟ। ਔਰ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਕਿ ਮੈਂ ਅਤੇ ਲਾਲੀ ਜੀ ਕਦੇ ਇਕੱਠੇ ਹੋਵਾਂ। ਸਾਨੂੰ ਮੈਂ ਕੋਈ ਗੱਲ ਦਾ ਗੁੱਸਾ ਨਾ ਸਮਝ ਕਰਜੇ, ਕੋਈ ਗਲਤ ਨਾ ਸਮਝ ਜਾਵੇ, ਮਗਰ ਹਾਲਾਤ ਇਹ ਸੀ ਕਿ ਅਸੀਂ ਇੱਕ ਦੂਜੇ ਦੇ ਨਿਆਣਿਆਂ ਦੇ ਵਿਆਹਾਂ 'ਤੇ ਜਾਂ ਸੁੱਖ ਦੁੱਖ 'ਚ ਵੀ ਸ਼ਾਇਦ ਇਕੱਠੇ ਕਦੇ ਹੋਣ ਦਾ ਸੁਪਨਾ ਨਹੀਂ ਲੈਂਦੇ ਸੀ। ਔਰ ਲੜਾਈ ਐਡੀ ਤਿੱਖੀ ਸੀ ਕਿ ਜਿੱਥੇ ਵੀ ਮੇਰੇ ਖਿਲਾਫ ਮੋਰਚਾ ਪਾਰਟੀ ਲਾਉਣ ਨੂੰ ਕਹਿੰਦੀ ਸੀ, ਲਾਲੀ ਜੀ ਸਭ ਤੋਂ ਅੱਗੇ ਜਾ ਕੇ ਮੇਰੇ ਉਲਟ ਮੋਰਚਾ ਲਾਉਂਦੇ ਸਨ। ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹੇ ਆ, ਕਾਂਗਰਸ ਦੇ ਨੈਸ਼ਨਲ ਸਪੋਕਸਪਰਸਨ ਰਹੇ ਆ, ਕਾਂਗਰਸ ਦੇ ਵੱਖ ਵੱਖ ਅਹੁਦੇ। ਔਰ ਜਦ ਜਦ ਸਰਕਾਰ ਕਾਂਗਰਸ ਦੀ ਬਣੀ ਹੈ ਇਹਨਾਂ ਨੂੰ ਚੇਅਰਮੈਨੀ ਨਾਲ ਕਾਂਗਰਸ ਨੇ ਨਵਾਜਿਆ। ਔਰ ਮੈਂ ਆਹ ਫੋਟੋ ਜਿਹੜੀ ਤੁਹਾਨੂੰ ਜਨਤਕ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਦੀ ਇਹ ਗੱਲ ਵੇਖ ਲਓ ਕਿ ਇਹਨਾਂ ਦਾ ਸਤਿਕਾਰ ਕਿੰਨਾ ਸੀ ਕਿ ਜਦੋਂ ਇਹ ਕਾਂਗਰਸ ਪਾਰਟੀ 'ਚ ਸਨ ਇਹਨਾਂ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਮੇਰੇ ਖਿਲਾਫ, ਇਹਨਾਂ ਨੇ ਇਹ ਆਪਦਾ ਸਰਵੇ ਕਰਾਇਆ। ਔਰ ਸਰਵੇ ਕਰਾਉਣ ਤੋਂ ਬਾਅਦ ਇਸ ਨਤੀਜੇ 'ਤੇ ਆਮ ਆਦਮੀ ਪਾਰਟੀ ਪਹੁੰਚੀ ਕਿ ਜੇ ਕੋਈ ਬਿਕਰਮ ਸਿੰਘ ਮਜੀਠੀਏ ਨੂੰ ਇਮਾਨਦਾਰੀ ਨਾਲ ਸਹੀ ਟੱਕਰ ਦੇ ਸਕਦਾ ਤਾਂ ਉਹ ਲਾਲੀ ਮਜੀਠਾ ਜੀ ਨੇ, ਕਿਉਂਕਿ ਜਿਨ੍ਹਾਂ ਨੇ ਬੜੀ ਹਿੰਮਤ ਨਾਲ ਇਮਾਨਦਾਰੀ ਨਾਲ ਲੋਕਾਂ ਦੀ ਅਤੇ ਪਾਰਟੀ ਦੀ ਆਪਦੇ ਵਰਕਰਾਂ ਦੀ ਲੜਾਈ ਲੜੀ। ਔਰ ਆਹ ਤਸਵੀਰ ਹੈ ਜੀ, ਉਹ ਆਹ ਵੇਖ ਲਓ, ਕੇਜਰੀਵਾਲ ਸਾਹਿਬ ਨੇ ਨਾ ਕੇਵਲ ਇਹਨਾਂ ਦੀ ਮਿੰਨਤਾਂ ਕੀਤੀਆਂ ਮਗਰ 44 ਸਾਲ ਔਰ ਆਲਮੋਸਟ 44 ਈਅਰ ਜੀ ਕਾਂਗਰਸ ਪਾਰਟੀ 'ਚ ਤੁਸੀਂ ਰਹੇ, ਕਾਂਗਰਸ ਪਾਰਟੀ 'ਚ ਇਹਨਾਂ ਨੇ ਸੇਵਾ ਨਿਭਾਈਆਂ। ਔਰ ਇਹਨਾਂ ਨੂੰ ਇਹ ਗੱਲ ਕਹਿ ਕੇ ਬਿਫੋਰ ਜੁਆਇਨਿੰਗ ਇਹਨਾਂ ਦੀ ਮੈਂ ਕਾਬਲੀਅਤ ਅਤੇ ਇੰਪੋਰਟੈਂਸ ਦੀ ਗੱਲ ਕਰਦਾ ਕਿ ਬਿਫੋਰ ਜੁਆਇਨਿੰਗ ਇਹਨਾਂ ਨੂੰ ਇਹ ਗੱਲ ਕਹਿਤੀ ਕਿ ਤੁਸੀਂ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਵੋਗੇ। ਹੁਣ ਮੈਂ ਦੂਜੀ ਵੀਡੀਓ ਵਿਖਾਉਣਾ ਚਾਹੁੰਦਾ ਕਿ ਇਹਨਾਂ ਨੂੰ ਸਰੋਪਾ ਕਿਹਨੇ ਪਾਇਆ, ਜੁਆਇਨਿੰਗ ਜਦੋਂ ਕਰਾਈ ਹੈ
ਪੰਜਾਬ ਦੇ ਦੋ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਭਗਵੰਤ ਮਾਨ ਮੌਜੂਦਾ ਚੀਫ ਮਿਨਿਸਟਰ ਸਾਹਿਬ ਆਹ ਸੁਣ ਲਿਓ ਜੀ ਦੋ ਮਿੰਟ ਔਰ ਚੱਡਾ ਸਾਹਿਬ ਖਾਸ ਸ਼ਖਸੀਅਤ ਦੱਸਿਆ ਸੀ ਸੈਂਡ ਕਰੂੰ ਕਿ ਮੌਜੂਦਾ ਚੀਫ ਮਿਨਿਸਟਰ ਨੇ ਆਪ ਇਹ ਗੱਲ ਮੰਨੀ ਭਗਵੰਤ ਮਾਨ ਨੇ ਕਿ ਲਾਲੀ ਮਜੀਠਾ ਸਾਹਿਬ ਨੇ ਬੜੀ ਵੱਡੀ ਜੰਗ ਲੜੀ ਹੈ ਔਰ ਇਸ ਦਿਨ ਜਿਸ ਦਿਨ ਇਹ ਜੁਆਇਨਿੰਗ ਹੁੰਦੀ ਹੈ ਜਨਵਰੀ 2022 ਆਈ ਥਿੰਕ ਇਟ ਵਾਸ 1st of January ਜੀ ਨਵੇਂ ਸਾਲ ਦਾ ਪਹਿਲਾ ਫੈਸਲਾ ਆਮ ਆਦਮੀ ਪਾਰਟੀ ਦਾ ਲਾਲੀ ਮਜੀਠਾ ਸਾਹਿਬ ਨੂੰ ਜੁਆਇਨ ਕਰਾਉਣਾ ਔਰ ਜਿਹੜੇ ਕੈਬਨਿਟ ਦੇ ਮਿਨਿਸਟਰ ਨੇ ਡਾਕਟਰ ਬਲਜੀਤ ਕੌਰ ਇਹਨਾਂ ਦੋਵਾਂ ਦੀ ਜੁਆਇਨਿੰਗ ਇਕੱਠੀ ਹੋਈ ਸੀ ਸੋ ਮੈਂ ਇਹ ਗੱਲ ਤਾਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਇਹ ਸਮਝ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਕਿ ਮੇਰੇ ਲਈ ਪਰਸਨਲੀ ਔਰ ਅੱਜ ਜੋਸ਼ੀ ਸਾਹਿਬ ਵੀ ਆਏ ਆ ਸਾਡੇ ਦੋਵਾਂ ਲਈ ਪਰਸਨਲੀ ਇਹ ਕਿੱਡਾ ਮਾਣ ਔਰ ਇੱਕ ਵਾਲਾ ਦਿਨ ਹੈ ਔਰ ਇਤਿਹਾਸਿਕ ਦਿਨ ਹੈ I am feeling so happy and so proud of the fact ki jehde do assi individuals adults ik dooje naal gall nahi kar sakde si ajj rabb sache paatshah di apar baksh sadka guru maharaj ne eddi vaddi kripa kiti hai ki ajj assi dove ikatthe hoye ha satkarjog sade ਭੈਣ ਜੀ ਡਾਕਟਰ ਸਤਿੰਦਰ ਕੌਰ ਗਿੱਲ ਸਾਹਿਬ ਜਿਹੜੇ ਉਹਨਾਂ ਦੇ ਧਰਮ ਪਤਨੀ ਆ ਜਿਨ੍ਹਾਂ ਨੇ ਆਪ ਬਹੁਤ ਵੱਡੀਆਂ ਸੇਵਾਵਾਂ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਵਾਸਤੇ ਹਲਕੇ ਮਜੀਠੇ 'ਚ ਨਿਭਾਈਆਂ ਨੇ ਜਦ ਲਾਲੀ ਸਾਹਿਬ ਐਬਸੈਂਟ ਰਹਿੰਦੇ ਸਨ ਇਹ ਹਮੇਸ਼ਾ ਉੱਥੇ ਹਾਜ਼ਰ ਰਹਿੰਦੇ ਸਨ ਸਾਡੇ ਉਹਨਾਂ ਦੇ ਲੜਕੇ ਅਵਲਮੀਤ ਸਿੰਘ ਜੀ ਜਸਮੀਤ ਸਿੰਘ ਜੀ ਦਲੇਰ ਸਿੰਘ ਜੀ ਹੋਰ ਸਾਥੀ ਸਾਹਿਬਾਨ ਅੱਜ ਤਾਂ ਟ੍ਰੇਲਰ ਹੀ ਹੈ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਜੋ ਝਟਕਾ ਜੋ
ਮੈਂ ਸਮਝਦਾ ਹਾਂ ਕਿ ਨੁਕਸਾਨ ਆਮ ਆਦਮੀ ਪਾਰਟੀ ਦਾ ਹੋਊਗਾ, ਉਹ ਤੁਸੀਂ ਆਉਣ ਵਾਲਾ ਸਮਾਂ ਹੀ ਇਸ ਗੱਲ ਦਾ ਅੰਦਾਜ਼ਾ ਔਰ ਸਹੀ ਤਸਵੀਰ ਪੇਸ਼ ਕਰੂਗਾ। ਮਗਰ ਮੈਂ ਅਗਲੀ ਗੱਲ ਕਰਾਂ, ਵੇਖੋ ਲਾਲੀ ਜੀ, ਮੈਂ ਸਭ ਤੋਂ ਪਹਿਲਾਂ ਜੇ ਜਨਤਕ ਤੌਰ 'ਤੇ ਆਈ ਐਮ ਯੋਰ ਯੰਗਰ ਬ੍ਰਦਰ, ਮੈਂ ਦੋਵੇਂ ਤੁਹਾਡੇ ਗੋਡੀ ਹੱਥ ਲਾ ਕੇ ਤੁਹਾਡੇ ਤੋਂ ਮਾਫ਼ੀ ਮੰਗਦਾ ਜੇ ਮੈਂ ਕਦੇ ਵੀ ਤੁਹਾਡੀ ਸ਼ਾਨ ਦੇ ਖਿਲਾਫ਼ ਕੋਈ ਗੱਲ ਵੱਧ ਘੱਟ ਗਈ ਹੋਵੇ। ਆਈ ਸਿੰਸੀਅਰਲੀ ਅਪੋਲੋਜਾਈਜ਼ ਐਂਡ ਹੋਪ ਤੁਸੀਂ ਮੈਨੂੰ ਜ਼ਰੂਰ ਮਾਫ਼ ਕਰੋਗੇ। ਔਰ ਮੈਂ ਭੈਣ ਜੀ ਕੋਲੋਂ ਵੀ, ਸਾਡੇ ਸਤਿਕਾਰਯੋਗ ਨੇ ਔਰ ਮੇਰੇ ਵਾਈਫ ਵੈਸੇ ਛੇਤੀ ਕਿੱਥੇ ਇਹ ਆਪਦੇ ਕੰਮ ਨਾਲ ਹੀ ਮਤਲਬ ਰੱਖਦੇ ਲੋਕਾਂ ਤੱਕ ਹੀ, ਅੱਜ ਇਹ ਵੀ ਇੰਨੇ ਖੁਸ਼ ਹੋਏ। ਔਰ ਮੈਂ ਆਈ ਵਿਲ ਗਿਵ ਹਰ ਦ ਬਿਗ ਕ੍ਰੈਡਿਟ, ਬਿਕੋਜ਼ ਇੱਕ ਦਿਨ ਸੜਕ ਦਾ ਉਦਘਾਟਨ ਸੀ ਸਾਡੇ ਮਜੀਠੇ 'ਚ, ਜਿਹੜੀ ਬੜੀ ਲੰਮੀ ਸਮੇਂ ਤੋਂ ਮੰਗ ਸੀ, ਉਸ ਉਦਘਾਟਨ 'ਤੇ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮਿਨਿਸਟਰ ਸਾਹਿਬ ਆਏ ਸਨ, ਕਿਉਂਕਿ ਵਿਧਾਨ ਸਭਾ 'ਚ ਅਸੀਂ ਉਹਨਾਂ ਨੂੰ ਇਸ ਮੁੱਦੇ 'ਤੇ ਘੇਰਿਆ ਸੀ। ਉਦੋਂ ਲਾਲੀ ਜੀ ਅਤੇ ਭੈਣ ਜੀ ਡਾਕਟਰ ਸਾਹਿਬ ਵੀ ਉੱਥੇ ਆਏ ਸਨ। ਉਸ ਵੇਲੇ ਇਸ ਦਾ ਫਸਟ ਟਾਈਮ ਵੈਨ ਦੇ ਮੈਂ ਮੇਰੇ ਵਾਈਫ ਨੂੰ ਮਿਲੇ ਅਤੇ ਉਹਨਾਂ ਨੂੰ ਬਲੈਸਿੰਗਸ ਦਿੱਤੀਆਂ, ਔਰ ਅੱਜ ਮੈਨੂੰ ਖੁਸ਼ੀ ਹੈ ਕਿ ਉਹ ਬਲੈਸਿੰਗਸ ਹੈਵ ਟਰਨਡ ਇਨ ਟੂ ਬਲੈਸਿੰਗਸ ਫੋਰ ਮਜੀਠਾ, ਕਿ ਉਹ ਇਨਸਾਨ ਜਿਨ੍ਹਾਂ ਕਰਕੇ ਅੱਜ ਇਹਨਾਂ ਦੇ ਭਾਈ ਸਾਹਿਬ ਮੌਕਾ ਪ੍ਰਸਤੀ ਦੀ ਮੈਂ ਥੋੜ੍ਹੀ ਗੱਲ ਕਰਨਾ, ਤਾਂ ਮੈਂ ਆਪਦੀ ਗੱਲ ਕੀਤੀ, ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਇੰਚਾਰਜ ਬਣੇ ਨੇ ਉਹ ਪਹਿਲਾਂ ਕਾਂਗਰਸ ਦੇ ਕੈਂਡੀਡੇਟ ਸਨ। ਉਹਨਾਂ ਨੇ ਟਿਲ ਦਾ ਜ਼ੋਰ ਲਾ ਤਾ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ। ਅੱਜ ਉਹ ਮੌਕਾ ਪ੍ਰਸਤੀ ਵੇਖ ਲਓ, ਮੌਕੇ ਦੀ ਨਜ਼ਾਕਤ ਵੇਖ ਲਓ, ਕਿ ਜਿਹੜੀ ਉਹਨਾਂ ਦੀ ਪਛਾਣ ਸਰਦਾਰ ਜੱਗਾ ਜੀ ਦੀ ਇਹ ਹੈ ਕਿ ਉਹ ਲਾਲੀ ਭਾਜੀ ਦੇ ਭਾਈ ਸਾਹਿਬ ਨੇ, ਉਹੀ ਪਛਾਣ ਹੈ, ਉਹ ਤੋਂ ਅੱਗੇ ਪਿੱਛੇ ਕੱਖ ਨਹੀਂ ਹੈ। ਮਤਲਬ ਜਿਸ ਲਾਲੀ ਭਾਜੀ ਨੇ ਆਪਦੇ ਸਮੁੱਚੇ ਪਰਿਵਾਰ ਨੂੰ, ਮੈਂ ਕਹਿੰਦਾ ਜੀ, ਫਰਸ਼ ਤੋਂ ਚੁੱਕ ਕੇ ਅਰਸ਼ ਤੱਕ ਲੈ ਕੇ ਗਏ, ਉਹਨਾਂ ਨੂੰ ਇਸ ਕਾਬਲ ਬਣਾ ਤਾ ਕਿ ਕਿਸੇ ਨੂੰ ਯੂਥ 'ਚ ਵੱਡੀ ਨੁਮਾਇੰਦਗੀ ਮਿਲੀ। ਔਰ ਇਹਨਾਂ ਦੀ ਬਦੌਲਤ ਹੀ ਮੈਂ ਸਮਝਦਾ, ਜੇ ਇਹ ਸ਼ਿਫਟ ਨਾ ਕਰਦੇ ਤਾਂ ਭਰਾ ਦੀ ਕਿੱਥੇ ਕਾਂਗਰਸ 'ਚ ਵਾਰੀ ਆਉਣੀ ਸੀ। ਜੇ ਭਾਈ ਤੁਹਾਡੇ ਗਿਣਤੀ ਮਿਣਤੀ ਕਿੱਥੇ ਪਈ, ਇਸ ਇਨਸਾਨ ਕਰਕੇ ਪਈ, ਕਿਉਂਕਿ ਇਹ ਫੋਰ ਫਰੰਟ 'ਚ ਬੜੀ ਇਮਾਨਦਾਰੀ ਨਾਲ, ਦਿਆਨਦਾਰੀ ਨਾਲ ਇਹਨਾਂ ਨੇ ਲੜਾਈ ਲੜੀ। ਸੋ ਯੂ ਕੈਨ ਵੈਲ ਇਮੈਜਿਨ ਕਿ ਉਹ ਪਰਿਵਾਰ ਲਾਲੀ ਜੀ ਦਾ, ਉਹ 100 ਵਾਰੀ ਕੁਛ ਕਵੇ, ਕਿਉਂਕਿ ਵਿਰੋਧੀਆਂ ਦਾ ਤਾਂ ਕੰਮ ਹੀ ਹੁੰਦਾ ਕਿ ਨਹੀਂ ਜੀ ਫਲਾਣੇ ਦੇ ਪੱਲੇ ਕੁਛ ਨਹੀਂ ਜੀ, ਢੀਂਗੜੇ ਦੇ ਪੱਲੇ ਕੁਛ ਨਹੀਂ, ਉਹ ਤਾਂ ਕਹਿਣਾ ਹੀ ਹੈ। ਜਦੋਂ ਤੱਕ ਤਾਂ ਲਾਲੀ ਜੀ ਇਲੈਕਸ਼ਨ ਲੜਦੇ ਸੀ ਜਾਂ ਪਾਰਟੀਆਂ ਘਰ ਕੋ ਸੱਦ ਕੇ ਇਹ ਟਿਕਟ ਨਹੀਂ ਲੈਣ ਜਾਂਦੇ ਸੀ, ਘਰ ਆ ਕੇ ਕਾਂਗਰਸ ਇਹਨਾਂ ਨੂੰ ਟਿਕਟ ਦੇ ਕੇ ਜਾਂਦੀ ਸੀ। ਆਮ ਆਦਮੀ ਪਾਰਟੀ ਦੀ ਮੈਂ ਉਹ ਤਸਵੀਰ ਸਾਂਝੀ ਕਰਤੀ, ਵੀਡੀਓ ਸਾਂਝੀ ਕਰਤੀ, ਜਿੱਥੇ ਆ ਭਗਵੰਤ ਮਾਨ ਅਤੇ ਕੇਜਰੀਵਾਲ ਸਾਹਿਬ ਇਹਨਾਂ ਨੂੰ ਘਰੋਂ ਲੈ ਕੇ ਗਏ। ਸੋ ਉਹ ਇਨਸਾਨ ਜਿਹਨੇ ਇੱਡੀ ਵੱਡੀ ਸੇਵਾ ਕੀਤੀ ਹੋਵੇ, ਔਰ ਮੈਂ ਸਮਝਦਾ ਮੇਰੇ ਵਾਸਤੇ ਜੋਸ਼ੀ ਸਾਹਿਬ ਲਈ ਤਾਂ ਬੜੀ ਖੁਸ਼ਕਿਸਮਤੀ ਹੈ ਕਿ ਜੋਸ਼ੀ ਸਾਹਿਬ ਦੀ ਮੈਂਬਰ ਪਾਰਲੀਮੈਂਟ ਦੀ ਚੋਣ ਚੱਲ ਰਹੀ ਹੈ, ਐਂਡ ਹੀ ਸਿਕਿਓਰਡ ਮੋਰ ਦੈਨ 35,000 ਵੋਟਸ ਆਈ ਥਿੰਕ ਇਸ ਵੇਲੇ ਜਿਹੜਾ ਇਹ ਇਲੈਕਸ਼ਨ ਹੋਈ ਹੈ, ਬੜੇ ਵੱਡੇ ਪੱਧਰ 'ਤੇ ਦੂਜੇ ਨੰਬਰ 'ਤੇ ਇਹੀ ਸਨ। ਔਰ ਵੇਖੋ ਰਾਤੋ ਰਾਤ ਜਿਹੜੀ ਆਮ ਆਦਮੀ ਪਾਰਟੀ ਮਜੀਠੇ ਹਲਕੇ 'ਤੇ ਖਤਮ ਸੀ, ਇਹਨਾਂ ਨੇ ਉਹਨਾਂ ਨੂੰ ਰਾਤੋ ਰਾਤ ਇੰਨੀ ਵੋਟ ਸ਼ੇਅਰ ਦਿੱਤਾ, ਇਟ ਇਜ਼ ਬਿਕੋਜ਼ ਆਫ ਦਿਸ ਜੈਂਟਲਮੈਨ ਲਾਲੀ ਜੀ। ਅੱਜ ਉਹਨਾਂ ਦੀ ਜੋਸ਼ੀ ਸਾਹਿਬ ਦੀ ਚੋਣ ਮੁਹਿੰਮ 'ਚ
ਔਰ ਇਹ ਵੀ ਮਹਿਸੂਸ ਕਰਦੇ ਕਿ ਹਿੰਦੂ ਸਿੱਖ ਏਕਤਾ, ਭਾਈਚਾਰਕ ਸਾਂਝ ਔਰ ਕਿਸਾਨਾਂ ਵਾਸਤੇ, ਖੇਤ ਮਜ਼ਦੂਰਾਂ ਵਾਸਤੇ, ਜੇ ਕਿਸੇ ਇਨਸਾਨ ਨੇ ਭਾਜਪਾ ਛੱਡ ਕੇ ਆਵਾਜ਼ ਬੁਲੰਦ ਕੀਤੀ ਹੈ ਤਾਂ ਅਨਿਲ ਜੋਸ਼ੀ ਜੀ ਨੇ। ਅੱਜ ਉਹ ਵੀ ਇਹਨਾਂ ਨੂੰ ਪਾਰਟੀ 'ਚ ਸ਼ਾਮਿਲ ਕਰਨ ਵਾਸਤੇ ਆਏ ਹੈ। ਮੇਰਾ ਇਹ ਮੰਨਣਾ ਕਿ ਸਾਡੀ ਪਾਰਟੀ ਵਾਸਤੇ, ਸਾਡੇ ਵੱਡੀ ਪਰਿਵਾਰ ਮਜੀਠੇ ਹਲਕੇ ਵਾਸਤੇ ਇਹ ਬੜਾ ਹੀ ਮਾਣ ਦਾ ਦਿਨ ਹੈ ਕਿ ਅੱਜ ਦੋ ਵੱਡੇ ਵਿਰੋਧੀ ਆਪਣੀਆਂ ਸਾਰੀਆਂ ਡਿਫਰੈਂਸਿਸ ਛੱਡ ਕੇ ਸ੍ਰੀ ਅੰਮ੍ਰਿਤਸਰ ਸਾਹਿਬ, ਗੁਰੂ ਰਾਮਦਾਸ ਮਹਾਰਾਜ ਦੀ ਇਹ ਪਵਿੱਤਰ ਧਰਤੀ ਔਰ ਮਜੀਠੇ ਦੇ ਵਿਕਾਸ ਅਤੇ ਭਲੇ ਵਾਸਤੇ, ਹੱਕ ਸੱਚ ਦੀ ਲੜਾਈ ਵਾਸਤੇ, ਵੀ ਆਰ ਬੋਥ ਜੁਆਇੰਟ ਹੈਂਡਸ ਐਂਡ ਕਮ ਟੂਗੈਦਰ। ਸੋ ਮੇਰੇ ਲਈ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ, ਔਰ ਮੈਂ ਭੈਣ ਜੀ ਦਾ ਔਰ ਸਤਿਕਾਰਯੋਗ ਭਾਅ ਜੀ ਦਾ ਦਿਲ ਦੀਆਂ ਗਹਿਰਾਈਆਂ 'ਚ ਮੈਂ ਆਈ ਹੈਵ ਨੈਵਰ ਬੀਨ ਸੋ ਹੈਪੀ ਭਾਅ ਜੀ। ਮਤਲਬ ਮੇਰੇ ਤਾਂ ਇਹ ਸੁਪਨਾ ਵੀ ਨਹੀਂ ਸੀ, ਐਵੇਂ ਆਵਾਂ, ਕਈ ਸੁਪਨੇ ਲੈਂਦੇ ਨੇ ਤਾਂ ਸੁਪਨਾ ਵੀ ਨਹੀਂ ਲਿਆ ਸੀ ਕਿ ਤੁਸੀਂ ਸਾਡੇ ਨਾਲ ਆ ਜਾਓ। ਸੋ ਬੜੀ ਮਾਣ ਦੀ ਗੱਲ ਹੈ ਤੁਸੀਂ ਆਏ ਹੋ। ਗੁਰੂ ਕਿਰਪਾ ਕਰੇ ਕਿ ਅਸੀਂ ਦੋਵੇਂ ਭਰਾ ਰਲ ਕੇ ਮਜੀਠੇ ਦੀ ਆਵਾਜ਼ ਵੀ ਬੁਲੰਦ ਕਰੀਏ, ਮਜੀਠੇ ਦੇ ਲੋਕਾਂ ਦੀ ਹੱਕ ਸੱਚ ਦੀ ਲੜਾਈ ਵੀ ਲੜੀਏ। ਔਰ ਅੱਜ ਮੈਂ ਇੱਥੇ ਬਹਿ ਕੇ ਜਿਨ੍ਹਾਂ ਨੇ ਵੀ ਲਾਲੀ ਭਾਅ ਜੀ ਦੀ ਮਦਦ ਕੀਤੀ ਹੈ, ਅੱਜ ਜਦ ਮੈਂ ਲਾਲੀ ਭਾਅ ਜੀ ਕੋਲੋਂ ਮਾਫ਼ੀ ਮੰਗਦਾ ਨਾ, ਮੈਂ ਉਹਨਾਂ ਸਾਰੇ ਵੀਰਾਂ ਭਰਾਵਾਂ ਕੋਲੋਂ ਜਿਹੜੇ ਚੇਅਰਮੈਨ ਸਾਹਿਬਾਨ, ਪੰਚ ਸਰਪੰਚ ਸਾਹਿਬਾਨ, ਵਰਕਰ ਸਾਹਿਬਾਨ, ਜੇ ਮੇਰੇ ਕੋਲੋਂ ਕੋਈ ਗਲਤੀ ਉਹਨਾਂ ਦੀ ਸ਼ਾਨ ਦੇ ਖਿਲਾਫ਼ ਹੋਈ ਹੋਵੇ, ਜਾਣੇ ਅਣਜਾਣੇ 'ਚ ਹੋਈ ਹੋਵੇ, ਮੈਂ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦਾ ਔਰ ਆਸ ਕਰਦਾ, ਉਮੀਦ ਕਰਦਾ ਕਿ ਤੁਸੀਂ ਆਪਦੇ ਛੋਟੇ ਵੀਰ ਨੂੰ, ਭਰਾ ਨੂੰ ਮਾਫ਼ ਜ਼ਰੂਰ ਬੇਨਤੀ ਕਰਦੇ ਹਾਂ ਜੀ। ਉਹ ਬਰਲਿਨ ਵਾਲਟ ਟੱਠੀ ਸੀ ਨਾ ਜੀ, ਅੱਜ ਉਹੀ ਹਾਲ ਸਮਝ ਲਓ ਤੇ ਸਮਝੋ ਬਾਗਾ ਬਾਰਡਰ ਹੀ ਖੁੱਲ ਗਿਆ। ਮਤਲਬ ਮੈਂ ਮੋਟੀ ਪੰਜਾਬੀ ਜਟਕੀ ਭਾਸ਼ਾ 'ਚ ਦੱਸਦਾ, ਜਿਵੇਂ ਬਾਰਡਰ ਤੋਂ ਨਹੀਂ ਨਾ ਕੋਈ ਟੱਪ ਕੇ ਜਾ ਸਕਦਾ ਸੀ, ਸਾਡਾ ਉਹ ਹਾਲ ਸੀ, ਨਾ ਇਹਨਾਂ ਦਾ ਬੰਦਾ ਬਾਰਡਰ ਟੱਪ ਕੇ ਐਨੂੰ ਆਵੇ, ਨਾ ਮੇਰਾ ਉਹਨੂੰ ਜਾਵੇ। ਫਿਰ ਔਰ ਇਹਨਾਂ ਨੇ ਮੇਰੇ ਕੇਸਿਸ 'ਚ ਜਾਂ ਕੋਈ ਹਾਈ ਕੋਰਟ ਤੱਕ ਅਸੀਂ ਇੱਕ ਦੂਜੇ ਦੇ ਖਿਲਾਫ਼ ਪੈਰਵਾਈ ਕਰਦੀ ਹੈ। ਮਤਲਬ ਤੁਸੀਂ ਵੈਲ ਇਮੈਜਨ, ਅਸਲ 'ਚ ਨਾ ਮੈਂ ਦੱਸ ਕੇ ਵੀ ਸ਼ਾਇਦ ਦੱਸ ਨਹੀਂ ਸਕਦਾ ਕਿ ਕਿੰਨੀ ਲੋਟ ਆ ਜੀ। ਮੈਂ ਕਿਹਾ ਜੀ ਪੋਲੀਟੀਕਲ ਪਰਸਨਲ ਤੁਸੀਂ ਉਹਨੂੰ ਜੋ ਮਰਜ਼ੀ ਕਹਿ ਦਿਓ, ਜਨੂੰਨੀ ਪਾਰਟੀ ਪਿੱਛੇ ਔਰ ਪਾਰਟੀ ਨੇ ਯੂਜ਼ ਐਂਡ ਮਿਸਯੂਜ਼ ਕੀਤਾ। ਮਤਲਬ ਇਹਨਾਂ ਨੂੰ ਕਹਿ ਕਹਿ ਕੇ ਜਾਂ ਸਾਨੂੰ ਕਹਿ ਕਹਿ ਕੇ, ਮਤਲਬ ਚਲੋ ਹਾਲਾਤ ਇਹ ਬਣਦੇ ਰਹੇ, ਮਗਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਅੱਜ ਭਗਵੰਤ ਮਾਨ ਨੂੰ ਕਿ ਤੂੰ ਕਿੱਡਾ ਕੁ ਬੇਸ਼ਰਮ ਹੈ, ਇਹ ਤਾਂ ਤੇਰੀ ਬੇਟੀ ਨੇ ਵੀ ਦੱਸਤਾ, ਤੇਰੀ ਹਰਕਤਾਂ ਨੇ ਦੱਸਤਾ, ਜਿਹੜੀਆਂ ਤੂੰ ਮਾਵਾਂ ਦੀ ਝੂਠੀਆਂ ਸਹੁੰ ਖਾਵੇਂ। ਇੱਕ ਬੰਦੇ ਦਾ ਐਡਾ ਵੱਡਾ ਲੀਡਰ ਹੋਵੇ, ਮਾਝੇ ਦਾ ਕਿਰਦਾਰ ਵਾਲਾ ਲੀਡਰ ਹੋਵੇ, ਅੱਜ ਜਸਟ ਬਿਕੋਜ਼ ਹੀ ਫੈਲ ਇਲ, ਇਹਨਾਂ ਦੀ ਬਾਈਪਾਸ ਸਰਜਰੀ ਹੋਈ, ਬੈਕ ਦੀ ਸਰਜਰੀ ਹੋਈ, ਪਾਰਟੀਆਂ ਦਾ ਕੰਮ ਹੈ ਵਰਕਰਾਂ ਨਾਲ ਹਮਦਰਦੀ ਕਰਨਾ, ਖਲੋਣਾ। ਜੇ ਪਾਰਟੀ ਵਰਕਰ ਦੇ ਇਹੋ ਜਿਹੇ ਲੀਡਰ ਨਾਲ ਨਹੀਂ ਖਲੋ ਸਕਦੀ ਤੇ ਤੁਸੀਂ ਆਸ ਰੱਖਦੇ ਹੋ, ਉਮੀਦ ਰੱਖਦੇ ਹੋ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਹੋ ਕਿ ਇਹ ਭਗਵੰਤ ਮਾਨ ਜੀ ਆਪਦੀ ਬੇਟੀ ਦਾ ਨਹੀਂ ਹੋਇਆ, ਸੀਰਤ ਦਾ ਮਾਂ ਦਾ ਨਹੀਂ ਹੋਇਆ ਤੀ, ਕਦੇ ਤੁਹਾਡਾ ਬਣ ਜੂ। ਇਸ ਲਈ ਜਿਸ ਇਨਸਾਨ ਦੇ, ਮੈਂ ਤਾਂ ਉਹਦਾ ਹੀ ਧੰਨਵਾਦ ਕਰਦਾ ਕਿ ਜੇ ਤੂੰ ਐਡੀ ਬੇਸ਼ਰਮੀ ਨਾ ਕਰਦਾ, ਕਿੱਥੇ ਇਹਨਾਂ ਦੇ ਮਾਨ ਸਤਿਕਾਰ ਬਾਹਰ ਰੱਖਦਾ, ਇੱਜ਼ਤ ਮਾਨ ਰੱਖਦਾ,
ਐਂਡ ਸਿਰਫ ਯੂਜ਼ ਐਂਡ ਅਬਿਊਜ਼, ਯੂਜ਼ ਐਂਡ ਥਰੋ ਵਾਲੀ ਰੀਤੀ ਜੋ ਤੂੰ ਪਰਿਵਾਰ 'ਚ ਵੀ ਵਰਤੀ ਹੈ, ਪੰਜਾਬ 'ਚ ਵੀ ਵਰਤੀ ਹੈ, ਲੋਕਾਂ ਪ੍ਰਤੀ ਵੀ ਵਰਤੀ ਹੈ, ਜੇ ਤੇਰਾ ਚਿਹਰਾ ਨੰਗਾ ਨਾ ਹੁੰਦਾ ਤਾਂ ਸ਼ਾਇਦ ਇਹ ਦਿਨ ਨਾ ਹਮੇਸ਼ਾ ਇਲੈਕਸ਼ਨ ਜਦੋਂ ਚੱਲਦੀ ਰਹੀ ਕੋਈ ਵੀ ਇਲੈਕਸ਼ਨ ਤਾਂ ਮਜੀਠਾ ਹਲਕੇ ਦੀ ਫੋਕਸ 'ਚ ਰਿਹਾ ਕਿਉਂਕਿ ਬਿਟਵੀਨ ਟੂ ਮਜੀਠੀਆ ਜਿਹੜੀ ਲੜਾਈ ਦੇ ਹੁਣ ਕਿਵੇਂ ਦਾ ਰਹੂਗਾ ਇਹ ਨਤੀਜੇ ਕਿਹੜੇ ਚੱਲੀਏ ਆ ਜੇ ਅਸੀਂ ਕੀ ਸੱਚੀ ਵਨ ਸਾਈਡਡ ਹੋ ਜਾਏਗਾ ਜੀ ਹੁਣ ਦੇਖੋ ਮੈਨੂੰ ਪੂਰੀ ਆਸ ਹੈ ਜੀ ਦੇਖੋ ਮਜੀਠੇ ਦਾ ਜਿਹੜਾ ਵੋਟਰ ਹੈ ਨਾ ਜੀ ਬੜਾ ਦੂਰ ਅੰਦੇਸ਼ ਵੋਟਰ ਹੈ ਬੜਾ ਸੂਝਵਾਨ ਅਤੇ ਸਿਆਣਾ ਵੋਟਰ ਹੈ ਔਰ ਮੈਂ ਇਹ ਗੱਲ ਕਿਉਂ ਮੈਂ ਆਪਣੇ ਨਜ਼ਰੀਏ ਤੋਂ ਕਹਿ ਸਕਦਾ ਬਿਕੋਜ਼ ਆਏ ਮੈਂ ਜਿਵੇਂ ਕਿਹਾ ਟੂਡੇ ਵੀ ਹੈ ਬੋਥ ਬੀਨ ਔਨ ਦੀ ਓਪੋਜ਼ਿਟ ਸਾਈਡਸ ਅਸੀਂ ਵੱਖ ਵੱਖ ਪਾਸੇ ਬੈਠੇ ਰਹੇ ਹਾਂ ਮਗਰ ਮੈਂ ਇਹ ਗੱਲ ਕਿਉਂ ਕਹਿੰਦਾ ਕਾਂਗਰਸ ਨੇ ਇੱਕ ਸਮਾਂ ਸੀ ਘਰ ਘਰ ਨੌਕਰੀ ਦਾ ਕਰਜ਼ਾ ਮਾਫੀ ਦਾ ਬੜੇ ਇਹੋ ਜਿਹੇ ਵਾਅਦੇ ਕੀਤੇ ਮਗਰ ਉਸ ਵੇਲੇ ਵੀ ਦ ਵੋਟਰ ਉਹ ਮੇਰੇ ਨਾਲ ਖਲੋਤੇ ਰਹੇ ਆਮ ਆਦਮੀ ਪਾਰਟੀ ਨੇ ਤਾਂ ਉਹ ਤੋਂ ਵੀ ਗਾਹ ਸਟੈਪ ਲੰਘ ਗਏ ਔਰ ਚਾਹੇ ਲਾਲੀ ਜੀ ਸਨ ਕੋਈ ਸਨ ਉਹਨਾਂ ਨੇ ਤਾਂ ਜੋ ਪਾਰਟੀ ਦੀ ਪੋਲਿਸੀਆਂ ਸੀ ਉਹਨਾਂ ਨੂੰ ਇਮਾਨਦਾਰੀ ਨਾਲ ਲੋਕਾਂ ਤੱਕ ਲੈ ਕੇ ਜਾਣਾ ਹੁੰਦਾ ਸੀ ਔਰ ਲੈ ਕੇ ਗਏ ਮਗਰ ਮੈਂ ਧੰਨਵਾਦੀ ਹਾਂ ਉਹਨਾਂ ਦੇ ਆਪਦੇ ਵੋਟਰਾਂ ਦਾ ਮੈਨੂੰ ਤਾਂ ਅੰਦਰ ਦੇ ਦਿੱਤਾ ਸੀ ਜੀ ਫੜ ਕੇ ਮੈਂ ਤਾਂ ਕਾਹਦੀ ਇਲੈਕਸ਼ਨ ਲੜੀ ਆ ਮੇਰੀ ਵਾਈਫ ਜਿਹੜੀ ਵਿਚਾਰੇ ਨਿਆਣੇ ਸਾਂਭਦੀ ਸੀ ਉਹ ਹੁਣ ਹਲਕਾ ਵੀ ਸਾਂਭਣਾ ਪੈ ਗਿਆ ਸਾਡੇ ਵੱਡੇ ਪਰਿਵਾਰ ਦੀ ਜ਼ਿੰਮੇਵਾਰੀ ਉਹਦੇ ਸਿਰ ਪੈ ਗਈ ਮਗਰ ਮੈਂ ਉਹਨਾਂ ਦਾ ਫਿਰ ਧੰਨਵਾਦ ਕਰਦਾ ਕਿ ਜਿਹਨੇ ਕਦੇ 22 ਦੀ ਇਲੈਕਸ਼ਨ 'ਚ ਕੈਂਪੇਨ ਵੀ ਨਾ ਕੀਤਾ ਹੋਵੇ ਮਤਲਬ ਏਡੀ ਵੱਡੀ ਹਨੇਰੀ ਝੁੱਲਦੀ ਹੋਵੇ ਫਿਰ ਉਹਨਾਂ ਨੂੰ 26,000 ਨਾਲ ਜਿਤਾ ਤਾ ਅਤੇ ਫਿਰ ਅਸੀਂ ਤਾਂ ਮੈਂ ਵਾਰ ਵਾਰ ਕਹਿੰਦਾ ਲੋਕ ਕਹਿਣਗੇ ਤੂੰ ਵਾਰ ਵਾਰ ਕਹਿੰਦਾ ਮਗਰ ਮੈਂ ਤਾਂ 1,000 ਵਾਰ ਕਹਿੰਦਾ ਕਿ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ ਹਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮਤਾਪੇ ਔਰ ਮੈਂ ਸਮਝਦਾ ਜਦੋਂ ਲੋਕਾਂ ਦੀਆਂ ਦੁਆਵਾਂ ਲੋਕਾਂ ਦਾ ਪਿਆਰ ਔਰ ਅੱਜ ਤਾਂ ਮੇਰੇ ਵੱਡੇ ਭਾਅ ਜੀ ਦਾ ਅਤੇ ਭੈਣ ਜੀ ਦਾ ਪਿਆਰ ਮਿਲ ਗਿਆ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਆਪਣੇ ਇਹਨਾਂ ਦੇ ਬਗਾਨੇ ਹੋਏ ਆ ਅਤੇ ਬਗਾਨੇ ਇਹਨਾਂ ਦੇ ਆਪਣੇ ਹੋਏ ਆ ਅਤੇ ਇਹ ਵੱਡੀ ਗੱਲ ਹੈ ਔਰ ਮੇਰੀ ਆਸ ਉਮੀਦ ਰਹੂਗੀ ਗੁਰੂ ਅੱਗੇ ਅਰਦਾਸ ਹੋਊਗੀ ਕਿ ਸੱਚੇ ਪਾਤਸ਼ਾਹ ਮੈਂ ਸੱਚੇ ਮਨੋ ਦਿਲੋਂ ਇਹਨਾਂ ਨਾਲ ਨਿਭ ਸਕਾਂ ਔਰ ਇਹਨਾਂ ਦੀ ਸੇਵਾ ਕਰ ਸਕਾਂ।